ਯੂਐਸ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ। ਦੋਸਤ ਨੇ ਹੀ ਚਲਾ ਦਿੱਤੀਆਂ ਨੌਜਵਾਨ ਤੇ ਗੋਲੀਆਂ, ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ। ਦੱਸਦੇ ਕਿ ਯੂਐਸਏ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਨਾਮ ਉਸਦਾ ਹਰਪ੍ਰੀਤ ਸਿੰਘ ਸੀ ਤੇ ਉਮਰ 28 ਸਾਲ ਸੀ ਤੇ ਇਹ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਰਹਿੰਦਾ ਸੀ, ਜਿੱਥੇ ਇਸਦੇ ਦੋਸਤ ਵੱਲੋਂ ਹੀ ਇਸਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਰਪ੍ਰੀਤ ਦੇ ਕਤਲ ਦੀ ਖਬਰ ਮਿਲਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਦੇ ਕਿ ਮ੍ਰਿਤਕ ਹਰਪ੍ਰੀਤ ਪਿਛਲੇ ਕਈ ਸਾਲ ਪਹਿਲਾਂ ਡੋਂਕੀ ਲਗਾ ਕੇ ਅਮਰੀਕਾ ਗਿਆ ਸੀ ਤੇ ਉਸਦੇ ਪਰਿਵਾਰ ਦੇ ਵਿੱਚ ਉਸਦੀ ਮਾਂ, ਪਿਤਾ, ਦੋ ਭੈਣਾਂ ਤੇ ਇੱਕ ਭਰਾ ਵੀ ਹੈ। ਪਰਿਵਾਰ ਤੇ ਪਿੰਡ ਦੇ ਸਰਪੰਚ ਦੇ ਮੁਤਾਬਿਕ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਸੀ ਤੇ ਕਤਲ ਕਰਨ ਵਾਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਕੱਟ ਦਾ ਦੱਸਿਆ ਜਾ ਰਿਹਾ ਤੇ ਹਮਲਾਵਰ ਮ੍ਰਿਤਕ ਦਾ ਪੁਰਾਣਾ ਦੋਸਤ ਵੀ ਸੀ ਤਾਂ ਦੋਸਤ ਵੱਲੋਂ ਹੀ ਜਿੱਥੇ ਇਹਨਾਂ ਦੇ ਵਿੱਚ ਪੁਰਾਣੀ ਕੋਈ ਰੰਜਿਸ਼ ਚੱਲਦੀ ਸੀ, ਜਿਸ ਕਾਰਨ ਉਸਦੇ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੇ ਮ੍ਰਿਤਕ ਸ਼ਵ ਨੂੰ ਜਲਦ ਤੋਂ ਜਲਦ ਘਰ ਲਿਆਂਦਾ ਜਾਵੇ ਤਾਂ ਜੋ ਰੀਤੀ ਰਿਵਾਜਾਂ ਦੇ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇ। ਤਾਂ ਪੰਜਾਬੀ ਨੌਜਵਾਨ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ ਜਿੱਥੇ ਉਸਦੇ ਦੋਸਤ ਨੇ ਹੀ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। 9 ਮਹੀਨੇ ਹੋ ਗਏ। ਅੱਛਾ, ਕਿਹੜੀ ਕੰਟਰੀ, ਕਿਹੜੇ ਦੇਸ਼ ਗਿਆ ਸੀ? ਅਮਰੀਕਾ ਜੀ। ਅੱਛਾ, ਕਿੱਦਾਂ ਗਿਆ ਸੀ, ਏਜੰਟ ਰੂ ਗਿਆ ਸੀ, ਉਦਾਂ ਗਿਆ ਸੀ? ਤੇ ਕੀ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ, ਕੀ ਕਿੱਦਾਂ ਤੁਹਾਨੂੰ ਪਤਾ ਲੱਗਾ ਅਤੇ ਕਦੋਂ ਡੈਥ ਹੋਈ ਉਹਦੀ? ਦੇਖੋ, ਸਾਨੂੰ ਤਾਂ ਇੰਨੇ ਪਤਾ ਲੱਗਾ ਵੀ 4:30 ਵਜੇ ਜੀ ਇੱਧਰਲੇ। ਅੱਛਾ, ਇੱਧਰਲੇ ਸ਼ਾਮ ਦੇ 4:30 ਗਏ। ਤੇ ਕਿੱਦਾਂ ਪਤਾ ਲੱਗਾ ਵੀ ਕਿੱਦਾਂ ਮਾਰਿਆ, ਕੀ ਗੱਲ ਹੋ ਗਈ? ਦੇਖੋ ਜੀ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ, ਪਤਾ ਨਹੀਂ ਲੱਗਾ ਵੀ ਕਿੱਦਾਂ ਮਾਰਿਆ, ਕਿਵੇਂ ਮਾਰਿਆ। ਪਿੰਡ 'ਚ ਕਿੱਦਾਂ ਰਿਪੋਰਟ, ਠੀਕ ਸੀਗਾ? ਹੋਰ ਤੁਹਾਡੇ ਸਾਹਮਣੇ ਸਾਨੂੰ ਸਰਪੰਚ ਸਾਹਿਬ ਦੱਸਦੇ ਹੀ ਹੈ ਜੀ। ਅੱਛਾ, ਇਹਨਾਂ ਨੂੰ ਸਾਰੇ ਪਤਾ। ਅੱਛਾ, ਅਤੇ ਹੁਣ ਕੀ ਮੰਗ ਕੀ ਸਰਕਾਰ ਤੋਂ ਤੁਹਾਡੀ? ਗਰੀਬ ਆਦਮੀ ਨੇ ਨਹੀਂ ਪਹੁੰਚਿਆ ਨੀ ਸਾਡੇ ਕੋਲ, ਲੇਬਰ ਦਾ ਹੀ ਕੰਮ ਕਰਦੇ। ਹਾਂਜੀ, ਹੋਈ ਸੀਗੀ ਥੋੜੇ ਕੁ ਦਿਨ ਪਹਿਲਾਂ ਹੀ ਹੋਈ ਸੀਗੀ। ਹਾਂਜੀ, ਠੀਕ ਠਾਕ ਹੀ ਪੁੱਛਦਾ ਸੀ ਬਸ। ਮੈਂ ਕੁੜੀ ਦੇ ਗਈ ਸੀਗੀ, ਮੈਨੂੰ ਤਾਂ ਰਾਤੀ ਹੀ ਪਤਾ ਲੱਗਾ 11 ਵਜੇ ਉਧਰੋਂ ਫੋਨ ਆਇਆ। ਹਾਂਜੀ, ਤੇ ਸ਼ੱਕ ਹੈਗੀ ਤੁਹਾਨੂੰ ਪਤਾ ਵੀ ਬੰਦਾ ਕੌਣ ਆ ਜਿਹਨੇ ਮਾਰਿਆ? ਕੀ ਪਤਾ ਭਾਜੀ, ਹੁਣ ਅਸੀਂ ਤਾਂ ਇੱਥੇ, ਸਾਨੂੰ ਕੀ ਪਤਾ? ਇੱਥੋਂ ਪਤਾ ਸੁਨੇਹਾ, ਕੁਛ ਸੁਨੇਹਾ ਆਇਆ ਹੋਵੇ, ਫਲਾਣੇ ਕਿਸੇ ਨੇ ਦੱਸਿਆ ਹੋਵੇ? ਨਹੀਂ ਨਹੀਂ। ਅੱਛਾ, ਕੀ ਮੰਗ ਕੀ ਹੈ ਤੁਹਾਡੀ ਉਸ ਸਰਕਾਰ ਤੋਂ, ਕੀ ਚਾਹੁੰਦੇ ਹੋ? ਤੁਸੀਂ ਡੈਡ ਬੋਡੀ ਇੱਥੇ ਲੱਲੀ ਜਾਵੇ, ਗਰੀਬ ਆਦਮੀ ਨੂੰ ਫੜਿਆ ਜਾਵੇ, ਆਉਣੀ ਚਾਹੀਦੀ। ਸਾਲ ਦਾ ਸੀ ਤਾਂ ਲੜਾਈ ਝਗੜੇ ਵਾਲਾ ਹੈ ਨਹੀਂ ਸੀਗਾ ਮੁੰਡਾ, ਵਧੀਆ ਸੀਗਾ ਇਹ, ਗਰੁੱਪ ਇਹਨਾਂ ਦਾ ਵਧੀਆ ਸੀਗਾ, ਸਾਰੇ ਖੇਲਣ ਖੁੱਲਣ ਨੂੰ ਵੀ ਸਾਰੇ ਠੀਕ ਸੀਗੇ।
ਇਹ ਜਦੋਂ ਮਟੂ ਦਾ ਕੇਸ ਹੋਇਆ ਨਾ ਉਹਦੇ ਕੇਸ ਦੇ ਵਿੱਚ ਇਹ ਥੋੜ੍ਹਾ ਜਿਹਾ ਉਹਦੇ ਮਟੂ ਦੇ ਘਰ ਚਲੇ ਗਿਆ ਸੀਗਾ। ਉਦੋਂ ਗੱਲ ਹੋਈ ਅਤੇ ਉਹ ਫਿਰ ਕਿਸੇ ਦੇ ਘਰ ਰਹਿੰਦਾ ਸੀਗਾ, ਉਹਨੇ ਦੇਖਿਆ ਵੀ ਗਰੀਬ ਆਦਮੀ, ਇਹ ਗਰੀਬ ਆਦਮੀ ਰਗੜਿਆ ਜਾਊਗਾ, ਉਹਨੇ ਪੈਸੇ ਪੁਸੇ ਲਾ ਕੇ ਅਮਰੀਕਾ ਮੰਗਾ ਲਿਆ। ਉਹ ਦੋ ਨੰਬਰ 'ਚ ਗਿਆ ਜੀ, ਦੋ ਨੰਬਰ 'ਚ ਗਿਆ ਸੀਗਾ ਅਤੇ ਦੋ 'ਚ ਗਿਆ ਸੀਗਾ ਅਤੇ ਫਿਰ ਉਹ 9 ਕੁ ਮਹੀਨੇ ਹੋ ਗਏ ਉਹਨੂੰ ਗਏ ਨੂੰ। ਉੱਥੇ ਗਿਆ ਮਿਲਣ ਆਪਣੇ ਦੋਸਤ ਨੂੰ, ਦੋਸਤਾਂ ਦੇ ਗਿਆ ਸੀਗਾ। ਉੱਥੇ ਰਾਤ ਨੂੰ ਅੱਧੀ ਪੀਤੀ ਹੋ ਕੇ ਗੱਲਬਾਤ ਹੋਈ ਹੋਊਗੀ ਇਹਨਾਂ ਦੀ ਆਪਸ ਵਿੱਚ ਹੀ ਮੁੰਡਿਆਂ ਦੀ, ਅਤੇ ਉਹਨਾਂ ਦਾ ਦੋ ਮੁੰਡਿਆਂ ਦੇ ਵਿੱਚ ਪੈ ਕੇ ਰਾਜੀਨਾਮਾ ਕਰਾ ਦਿੱਤਾ, ਸੈੱਟ ਹੋ ਗਏ, ਕੋਈ ਗੱਲ ਨਹੀਂ ਬਾਤ ਨਹੀਂ ਹੋਈ। ਉਹ ਮੁੰਡਾ ਫਿਰ ਉੱਠ ਕੇ ਆਪਣੇ ਕਮਰੇ 'ਚ ਚਲੇ ਗਿਆ ਅਤੇ ਇਹ ਬਾਹਰ ਆਪਣਾ ਫੋਨ ਲੈ ਕੇ ਚਲੇ ਗਿਆ ਗੱਲਬਾਤ। ਕਹਿੰਦੇ ਜੋ ਦੱਸਿਆ ਸਾਨੂੰ ਜਿਹਨਾਂ ਮੁੰਡਿਆਂ ਦੇ ਫੋਨ ਆਏ ਦੋਸਤਾਂ ਨੇ, ਉਹ ਆਪਣੇ ਧਿਆਨ ਆਪਣੇ ਫੋਨ ਦੇਖਦਾ ਸੀਗਾ, ਉਹ ਬੰਦੇ ਨੇ ਆਪਣੇ ਵੈਪਨ ਕੱਢਿਆ, ਉਹ ਪਤਾ ਨਹੀਂ 10 ਗੋਲੀਆਂ ਮਾਰੀਆਂ, ਪਤਾ ਨਹੀਂ 4 ਮਾਰੀਆਂ, ਕਿੰਨੀਆਂ ਮਾਰੀਆਂ। ਕਹਿੰਦੇ ਉਹ ਜਿੰਨਾ ਖਾਲੀ ਕਰਤਾ ਜੀ, ਉਹ ਮੌਕੇ 'ਤੇ ਹੀ ਪੂਰਾ ਹੋ ਗਿਆ। ਕਿੱਥੇ ਦਾ ਮੁੰਡਾ ਜਿਹਨੇ ਮਾਰੀ, ਉਹ ਇੱਦਾਂ ਕੱਟਾਂ ਦਾ ਕਹਿੰਦੇ ਆ ਜੀ, ਪੱਕਾ ਨਾ, ਦੋਸਤ ਸੀਗੇ ਉਹ, ਪਹਿਲਾਂ ਇਕੱਠੇ ਰਹਿੰਦੇ ਰਹੇ ਆ। ਹਾਂ ਕੋਈ ਕਿਸੇ ਗੱਲ ਤੋਂ ਹੋ ਸਕਦਾ, ਹਾਂਜੀ ਹਾਂਜੀ ਰਾਂਝੇ 'ਚ ਆਹ ਗੱਲ ਹੋਈ ਆ। ਬਾਕੀ ਹਜੇ ਪਤਾ ਨਹੀਂ ਕੋਈ ਵੀ ਕਿੱਦਾਂ ਹੈਗੀ ਆ, ਗਰੀਬ ਆਦਮੀ ਆ, ਹੁਣ ਇਹਨਾਂ ਨੂੰ ਤਾਂ ਜਦ ਪਤਾ ਲੱਗਾ ਤਾਂ ਵਿਚਾਰੇ ਉੱਦਾਂ ਹੀ ਸਾਹ ਸੁੱਤੇ ਹੋਏ ਆ। ਸਰਕਾਰ ਤੋਂ ਅਸੀਂ ਮੰਗ ਕਰਦੇ ਵੀ ਗਰੀਬ ਆਦਮੀ ਆ, ਇਹਨਾਂ ਦੀ ਜਿਹੜੀ ਡੈੱਡ ਬੋਡੀ ਉਹ ਇੰਡੀਆ ਆਉਣੀ ਚਾਹੀਦੀ ਆ, ਕਿਉਂਕਿ ਸਬਰ ਮਾਪਿਆਂ ਨੂੰ ਤਾਂ ਹੀ ਆਉਂਦਾ ਜਦ ਹੱਥੀਂ ਕੰਮ ਕਰਦਾ, ਨਹੀਂ ਤਾਂ ਨਹੀਂ ਸਬਰ ਆਉਂਦਾ। ਹਾਂਜੀ ਹਜੇ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ, ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਆਪੇ ਮਾਹੌਲ ਇੱਦਾਂ ਦਾ ਬਣਿਆ ਹਜੇ, ਕਿਉਂਕਿ ਸਾਨੂੰ ਵੀ ਤੜਕੇ ਪਤਾ ਲੱਗਾ ਸਕਦੇ। ਕੈਲੀਫੋਰਨੀਆ ਵਿੱਚ ਕਹਿੰਦੇ, ਉੱਥੇ ਪਤਾ ਕਿਹੜਾ ਆ, ਅਤੇ ਹੁਣ ਦੇਖੋ ਕੀ ਹੁੰਦਾ ਆ। ਇੱਥੇ ਤਾਂ ਕੰਮ ਤਾਂ ਵਿਹਲਾ ਹੀ ਸੀਗਾ, ਹਜੇ ਤੁਹਾਨੂੰ ਦੱਸਿਆ ਵੀ ਕਿਸੇ ਦੇ ਘਰ ਕੋਠੀ ਦੇ ਵਿੱਚ ਰਹਿੰਦਾ ਸੀਗਾ। ਹਾਂਜੀ ਉੱਥੋਂ ਮਾਂ ਬਾਲਾ ਬਣਿਆ ਸੀਗਾ, ਅਤੇ ਕੋਈ ਬਹੁਤ ਮਾੜੀ ਗੱਲ ਆ, ਕੋਈ ਇੱਦਾਂ ਦੀ ਗੱਲ ਹੈ ਨਹੀਂ ਸੀਗੀ ਵੀ ਲੜਾਈ ਝਗੜੇ ਵਾਲੇ ਹੈ ਨਹੀਂ ਸੀਗੇ, ਪਰ ਜਿਹੜਾ ਹੋਇਆ ਕੰਮ ਹੁਣ ਬਹੁਤ ਹੀ ਜ਼ਿਆਦਾ ਮਾੜਾ ਕੰਮ ਹੋਇਆ। ਮਟੂ ਦੇ ਕਿਸੇ ਦੇ ਵਿੱਚ ਸੀਗਾ ਉਹ, ਬਸ ਆਹ ਮਾੜੀ ਮੋਟੀ ਗੱਲ ਦੇ ਵਿੱਚ ਉਹ ਰੰਜ ਸੀ ਉਹਨਾਂ ਦੀ ਚੱਲਦੀ, ਪਤਾ ਨਹੀਂ ਰੱਬ ਜਾਣ ਵੀ ਹੁਣ ਉਹਨਾਂ ਦੀ ਕੀ ਆਪਸ ਵਿੱਚ ਹੈਗੀ ਆ, ਵੀ ਜਿਹੜਾ ਉੱਥੇ ਜਾ ਕੇ ਵੀ ਆਹ ਕੰਮ ਹੋਇਆ।